ਸਰ, ਤੁਸੀਂ ਜ਼ਮੀਨ ਨੂੰ ਲੈ ਕੇ ਪਿਓ ਪੁੱਤ ਦੇ ਝਗੜੇ ਤਾਂ ਸੁਣੇ ਹੋਣਗੇ, ਪਰ ਫਰੀਦਕੋਟ ਦੇ ਪਿੰਡ ਬਗਿਆਣਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਸਹੁਰੇ ਨੇ ਆਪਣੀ ਨੂੰਹ ਨੂੰ ਹੀ ਗੋਲੀ ਮਾਰ ਦਿੱਤੀ। ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਖੂਨ ਨਾਲ ਲਥਪਥ ਲੜਕੀ। ਦਰਅਸਲ ਇਸ ਲੜਕੀ ਦੇ ਪਤੀ ਨੂੰ ਮਰੇ ਕੁਝ ਹੀ ਸਮਾਂ ਹੋਇਆ ਸੀ ਤੇ ਸਹੁਰਾ ਪਰਿਵਾਰ ਵੱਲੋਂ ਇਸ ਨੂੰ 5 ਕਿੱਲੇ ਜ਼ਮੀਨ ਦੇਣ ਦੀ ਗੱਲ ਕਹੀ ਗਈ ਸੀ। ਲੜਕੀ ਨੇ ਆਪਣੇ ਹਿੱਸੇ ਵਾਲੀ ਜ਼ਮੀਨ 'ਚ ਝੋਨਾ ਲਗਾਇਆ ਤਾਂ ਜਿਸ ਦਿਨ ਆਪਣੇ ਭਰਾ ਨਾਲ ਵਾਢੀ ਕਰਨ ਪਹੁੰਚੀ ਤਾਂ ਸਹੁਰਾ ਪਰਿਵਾਰ ਵਾਲੇ ਵੀ ਮਸ਼ੀਨ ਲੈ ਕੇ ਪਹੁੰਚ ਗਏ। ਸਹੁਰੇ ਤੇ ਨੂੰਹ ਵਿਚਾਲੇ ਇਸ ਨੂੰ ਲੈ ਕੇ ਬਹਿਸ ਹੋਈ। ਇਸੀ ਦੌਰਾਨ ਸਹੁਰੇ ਹਰਜਿੰਦਰ ਨੇ ਆਪਣੀ ਪਿਸਤੌਲ ਕੱਢ ਕੇ ਪਹਿਲਾਂ ਤਾਂ ਹਵਾਈ ਫਾਇਰ ਕੀਤੇ, ਪਰ ਫਿਰ ਗੋਲੀ ਲੜਕੀ ਦੇ ਭਰਾ ਤੇ ਚਲਾ ਦਿੱਤੀ। ਭਰਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ, ਪਰ ਗੋਲੀ ਨੂੰਹ ਦੀ ਲੱਤ ਤੇ ਲੱਗ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਅਸੀਂ ਅੱਜ ਖੇਤ ਗਏ ਜੀ, ਉਹ ਵੀ ਆਏ ਸੀਗੇ ਮਸ਼ੀਨ ਲੈ ਕੇ ਝੋਨਾ ਵੱਢੀ ਜਾਂਦੇ ਸੀਗੇ, ਅਸੀਂ ਵੀ ਚਲੇ ਗਏ ਉੱਥੇ। ਮੇਰੀ ਭੈਣ ਨੇ ਮਸ਼ੀਨ ਵਾਲਿਆਂ ਦੇ ਮੂਹੇ ਹੋ ਕੇ ਰੋਕਿਆ ਬਈ ਤੁਸੀਂ ਝੋਨਾ ਨਹੀਂ ਵੱਢਣਾਗਾ, ਅਤੇ ਪਰ ਉਹ ਫਿਰ ਵੀ ਹੱਥੋਂ ਪਾਈ ਹੋਏ, ਮੇਰੇ ਨਾਲ ਵੀ ਹੋਏ, ਮੇਰੀ ਭੈਣ ਨਾਲ ਵੀ ਹੋਏ। ਆਉਂਦੇ ਇਹ ਤੁਸੀਂ ਕੌਣ ਹੁੰਦੇ ਰੋਕਣ ਵਾਲੇ, ਕਿਉਂਕਿ ਪੈਲੀ ਸਾਡੀ ਆਪਦੀ ਆ। ਅਤੇ ਸਾਡੇ ਜਦੋਂ ਉੱਥੇ ਵਾਹਵਾ ਲੜਾਈ ਵਾਹਵਾ ਵੱਧ ਗਈ ਅਤੇ ਉਹਨਾਂ ਨੇ ਅਸਲਾ ਕੱਢਿਆ ਬੁੜੇ ਨੇ ਡੱਬ 'ਚੋਂ ਪਿਸਤੌਲ ਕੱਢਿਆ, ਉਹਨਾਂ ਨੇ ਪਹਿਲਾਂ ਤਾਂ 2 ਹਵਾਈ ਫਾਇਰ ਕੀਤੇ, ਫਿਰ ਸਾਨੂੰ ਆਉਂਦੇ ਤੁਸੀਂ ਚਲੇ ਜਾਓ ਨਹੀਂ ਤਾਂ ਗੋਲੀ ਮਾਰਾਂਗੇ। ਭੈਣ ਮੇਰੀ ਆਉਂਦੀ ਆਏ ਕਿਵੇਂ ਤੁਸੀਂ ਗੋਲੀ ਮਾਰੋਂਗੇ, ਮੈਂ ਵੀ ਇਸੇ ਦਾਰ ਆਇਆ ਇੱਥੋਂ ਦੀ। ਅਤੇ ਜਦੋਂ ਅਸੀਂ ਉੱਥੋਂ ਹੱਥੋਂ ਪਾਈ ਹੋ ਕੇ ਜੋ ਤੁਰਨ ਲੱਗੇ ਅਤੇ ਉਹ ਬੁੜੇ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਮੈਂ ਪਾਸੇ ਹੋ ਗਿਆ, ਥੋੜ੍ਹਾ ਠੇਡਾ ਲਾ ਕੇ ਡਿੱਗ ਪਿਆ ਸੀਗਾ ਅਤੇ ਉਹ ਮੇਰੀ ਭੈਣ ਦੇ ਗੋਲੀ ਲੱਗ ਗਈ ਇੱਥੇ ਪੈਰ 'ਤੇ, ਲੱਤ 'ਤੇ ਲੱਗੀ ਆ ਜੀ। ਹੁਣ ਅਸੀਂ ਇੱਥੇ ਹੋਸਪਿਟਲ ਆਏ ਹਾਂ ਜੀ, ਮੰਗ ਜੀ ਅਸੀਂ ਆਪਦੇ ਜੋ ਭੈਣ ਦਾ ਹਿੱਸਾ ਬਣਦਾ ਜੀ ਸਾਡਾ ਉਹ ਦਿੱਤਾ ਜਾਵੇ। ਉਧਰ ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਹ ਬੱਗਿਆਂ ਨੇ ਕੋਈ 2 ਪਾਰਟੀਆਂ ਦਾ ਕੋਈ ਜ਼ਮੀਨ ਦੇ ਸੰਬੰਧੀ ਕੋਈ ਝਗੜਾ ਹੈ, ਉਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਹੈ, ਅਸੀਂ ਜਿਹੜਾ ਹੈਗਾ ਤੁਰੰਤ ਇੱਥੇ ਆਏ ਅਤੇ ਉਸ ਤੋਂ ਬਾਅਦ ਜਿਹੜਾ ਵੈਰੀਫਾਈ ਕਰਕੇ ਜਿਹੜੀ ਹੈਗੀ ਹੈ ਜੋ ਵੀ ਬਣਦੀ ਕਰਵਾਈ ਹੋ। ਜ਼ਮੀਨੀ ਵਿਵਾਦ ਨੂੰ ਲੈ ਕੇ ਅਕਸਰ ਕਈ ਮਾਮਲੇ ਸਾਹਮਣੇ ਆਉਂਦੇ ਨੇ, ਪਰ ਇਸ ਵਾਰ ਤਾਂ ਸਹੁਰੇ ਨੇ ਆਪਣੀ ਹੀ ਨੂੰਹ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਵਾਕਈ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਆ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਟੀਵੀ ਚੈਨਲ।